मुख्यमंत्री नवे बने ने पंजाब दे कोई है उम्मीद माड़ी मोटी किसानी की कुछ भी नहीं रहना जगह रोटी खत्म होगी तो फिर रोटी बिना तो एक इंसान भी नहीं जी सकता नो फार्म नो फूड जेडी तीन काले कानून है वो रद्द कर दो काला कपड़ा धोना नहीं मोदी माजा रोना नहीं दो जाने जेडे मतलब मोदी सरकार दे नाल बाकी सारा ही मतलब जेडे सारे फ्रेंड्स अकल किसान दे नाल ही खड़े इक्की दुक्की बांधी इलेक्शन से सामने तो बदलाव लिया के दिखाओ उस तो पहला हजे तो टाइम हैगा उन्होंने को पहला इन्ना इलेक्शन अज तक नहीं जो होया तो अगे असं उन्होंने उम्मीद भी किमें करिए सत श्री अकाल जी तुसीं देख रहे हो आर एम पी टैलीविजन मैं रतनदीप सिंह तालीवाल 27 तरीक है जिते 27 तरीक नूं भारत बंद दा सद्दा दिता गया सीगा किसान जथेबंदियां वल्लों असी इस वक्त मौजूद हाँ बठिंडा दे कन्हैया चौंक दियां तुहानूं तस्वीरां दिखाउणियां चाहांगे जिधर भी देखदे हो किसान ही किसान ने बजुर्ग मातावां नौजवान सारे मौजूद ने पर कुछ लोग अजिहे भी ने जिहड़े अपने परिवारों के नाल आए ने हालांकि जे पहले दिनों तो असी गल करते हैं दिल्ली च भी असी तस्वीर देखिया गई परिवारों दियां जिहड़े पढ़िया लिखा वर्ग आ शहरी वर्ग आ वह भी इस किसानी अंदोलन के नाल मोढ़े नाल मोढ़ा ला के खड़ा गा गलबात भी करांगे पुछांगे भी कित्थों आए आ पर जे असी गल करते हैं सरकार की सेंटर गवर्नमेंट की गल हुंदी आ सरकार के कन्न के उत्ते हजे तक जूनी सिरकी गलबात करते हैं बई जी सत श्री अकाल जी ਬਾਈ ਕਿੱਥੋਂ ਆਏ ਹੋ ਬਾਈ ਜੀ ਬਠਿੰਡਾ ਤੋਂ ਹੀ ਬਠਿੰਡਾ ਤੋਂ ਆਏ ਹਾਂ ਸਾਰੇ ਪਰਿਵਾਰ ਸਮੇਤ ਹਾਂਜੀ ਆ ਬੱਚੇ ਆਏ ਆ ਜੀ ਨਾਲ ਜੀ ਬਾਕੀ ਜੀ ਅਸੀਂ ਇੱਥੇ ਹੁੰਨੇ ਆ ਹਰ ਸੈਟਰਡੇ ਨੂੰ ਬਾਬਾ ਅਜੀਤ ਸਿੰਘ ਚੌਂਕ ਦੇ ਵਿੱਚ ਹੁੰਨੇ ਆ ਤੇ ਪਰ ਅਸੀਂ ਜਿੱਥੇ ਵੀ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੁੰਦੀ ਆ ਅਸੀਂ ਉੱਥੇ ਵੱਧ ਚੜ ਕੇ ਆਪਦਾ ਸਾ ਨਾਲ ਖੜਦੇ ਆ ਜੀ ਕਿਸਾਨ ਮੋਰਚੇ ਦੇ ਜੀ ਮੈਂ ਖਾਸ ਕਰਕੇ ਬੱਚਿਆਂ ਤੋਂ ਵੀ ਅਸੀਂ ਪੁੱਛਾਂਗੇ ਬੱਚੇ ਘਰੇ ਵੀ ਸਵਾਲ ਕਰਦੇ ਹੋਣੇ ਆ ਹਾਂਜੀ ਬੱਚਿਆਂ ਦੇ ਵੀ ਜੇ ਤੁਸੀਂ ਜਾਂ ਬੱਚੇ ਵੀ ਅਸਲ 'ਚ ਤਾਂ ਜੀ ਸਵਾਲ ਇਹਨਾਂ ਦੇ ਭਵਿੱਖ ਦਾ ਹੀ ਆ ਜੀ ਅਸਲ 'ਚ ਜੇ ਇਹ ਕਾਨੂੰਨ ਲਾਗੂ ਹੁੰਦਾ ਤਾਂ ਇਹਨਾਂ ਦੇ ਆਉਣ ਵਾਲਾ ਭਵਿੱਖ ਹੀ ਖਰਾਬ ਹੋਣ ਦਾ ਜ਼ਿਆਦੇ ਆ ਤੇ ਇਹ ਬੱਚੇ ਇਹ ਆ ਇੱਕ ਹਿਸਾਬ ਦਾ ਆਪਦੇ ਭਵਿੱਖ ਬਚਾਉਣ ਲਈ ਇੱਥੇ ਖੜੇ ਆ ਤੇ ਬਾਕੀ ਜਿੱਥੇ ਵੀ ਅਸੀਂ ਜਾਂਦੇ ਆ ਇਹ ਬੱਚਿਆਂ ਦੇ ਵੀ ਨਾਲ ਸਾਡੇ ਨਾਲ ਟਿਕਰੀ ਬਾਰਡਰ ਉੱਥੇ ਸਿੰਘੂ ਬਾਰਡਰ ਇਹ ਸਾਡੇ ਨਾਲ ਜਾਂਦੇ ਆ ਤੇ ਪਰ ਅਸੀਂ ਪਰ ਜੋ ਬੱਚਾ ਅੱਜ ਕੱਲ ਸਾਡੇ ਨਾਲ ਵੇਖਦੇ ਆ ਉਹੀ ਇਹ ਆਪ ਕਰਦੇ ਆ ਜੀ ਸਾਰੀ ਨੌਲੇਜ ਹੈ ਨਾ ਬੇਟਾ ਕਿਹੜੀ ਕਲਾਸ ਚੋਂ 3rd 3rd ਕਲਾਸ ਤੇ ਟਿਕਰੀ ਬਾਰਡਰ ਵੀ ਜਾ ਕੇ ਆਏ ਹੋ ਹਾਂਜੀ ਹਾਂਜੀ ਪਤਾ ਕਿਸਾਨੀ ਅੰਦੋਲਨ ਬਾਰੇ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆ ਉਹ ਰੱਦ ਕਰ ਦਿਓ ਰੱਦ ਕਰ ਦਿਓ ਕਿਹੜੇ ਸਕੂਲ ਚ ਪੜ੍ਹਦੇ ਹੋ ਬੇਟਾ ਸੈਂਟ ਜੇਵੀਅਰ ਸਕੂਲ ਜੀ ਜੀ ਹਾਂ ਬੇਟਾ ਤੁਸੀਂ ਕਿਹੜੀ ਕਲਾਸ ਚੋਂ 6th ਜੀ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿ ਕਾਲੇ ਕਾਨੂੰਨ ਰੱਦ ਕਰ ਦਿਓ ਨਹੀਂ ਤਾਂ ਕਿਸਾਨੀ ਦਾ ਕੁਝ ਵੀ ਨਹੀਂ ਰਹਿਣਾ ਜਗਾ ਤੁਸੀਂ ਰੋਟੀ ਖਾਣਾ ਤਾਂ ਤੁਹਾਨੂੰ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ ਨਹੀਂ ਤਾਂ ਕਿਸਾਨੀ ਕੀ ਕੁਝ ਵੀ ਨਹੀਂ ਰਹਿਣਾ ਜਗਾ ਰੋਟੀ ਖਤਮ ਹੋ ਗਈ ਤਾਂ ਫਿਰ ਰੋਟੀ ਬਿਨਾ ਤਾਂ ਇੱਕ ਇਨਸਾਨ ਵੀ ਨਹੀਂ ਜੀ ਸਕਦਾ ਜੀ ਬੇਟਾ ਮੈਨੂੰ ਇੱਕ ਗੱਲ ਹੋਰ ਦੱਸੋ ਜਦੋਂ ਕਲਾਸ ਦੇ ਵਿੱਚ ਜਾਂਦੇ ਹੋ ਸਕੂਲ ਦੇ ਵਿੱਚ ਜਾਂਦੇ ਹੋ ਜਿਹੜਾ ਤੁਹਾਡਾ ਫਰੈਂਡ ਸਰਕਲ ਆ ਉਹ ਉਹਨਾਂ ਦੇ ਵਿੱਚ ਵੀ ਇਹ ਗੱਲਬਾਤ ਚੱਲਦੀ ਆ ਵੀ ਧਰਨੇ ਲੱਗਦੇ ਨੇ ਕਿਸਾਨ ਉੱਥੇ ਬੈਠੇ ਨੇ ਹਾਂਜੀ ਚੱਲਦੀ ਹੁੰਦੀ ਕਦੇ ਕਦਾ ਕੋਈ ਬੱਚਾ ਕਹਿ ਦਿੰਦਾ ਕਿ ਮਤਲਬ ਕਿਸਾਨ ਨਾਲ ਮਤਲਬ ਸਾਰੇ 50% ਲੋਕ ਕਿਸਾਨਾਂ ਦੇ ਨਾਲ ਹੀ ਖੜਦੇ ਆ ਦੋ ਜਾਣੇ ਜਿਹੜੇ ਮਤਲਬ ਮੋਦੀ ਸਰਕਾਰ ਦੇ ਨਾਲ ਬਾਕੀ ਸਾਰਾ ਹੀ ਮਤਲਬ ਜਿਹੜੇ ਸਾਡੇ ਫਰੈਂਡਸ ਆ ਕੱਲਾ ਕਿਸਾਨਾਂ ਦੇ ਨਾਲ ਹੀ ਖੜਦੇ ਅੱਛਾ ਕਲਾਸ ਦੇ ਵਿੱਚ ਵੀ ਇਹ ਗੱਲ ਹੁੰਦੀ ਆ ਤੁਸੀਂ ਨੋਟ ਕਰਦੇ ਹੋ ਵੀ ਕਿੰਨੇ ਮੋਦੀ ਦੇ ਨਾਲ ਖੜੇ ਨੇ ਕਿੰਨੇ ਸਰਕਾਰ ਦੇ ਨਾਲ ਹੈ ਹਾਂਜੀ ਹਾਂਜੀ ਕਰ ਲਈਦਾ ਕਦੇ ਕਦਾ ਮਤਲਬ ਫਰੈਂਡ ਸਰਕਲ ਦੇ ਵਿੱਚ ਕਰੀਦਾ ਸਾਰੀ ਕਲਾਸ ਦੇ ਵਿੱਚ ਨੇ ਮਤਲਬ ਜਿਹੜੇ ਮਤਲਬ ਲੜਕੀਆਂ ਉਹਨਾਂ ਨਾਲ ਖੜੀਦਾ ਬੋਇਜ਼ ਨਾਲ ਤਾਂ ਫਿਰ ਸਾਡੀ ਬਣਦੀ ਨਹੀਂ ਅੱਛਾ ਜੀ ਅੱਛਾ ਜੀ 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 ਹਾਂ ਕੁਝ ਹੋਰ ਕਹਿਣਾ ਚਾਹੋਗੇ ਕੋਈ ਸਲੋਗਨ ਕਾਲਾ ਕਪੜਾ ਧੋਣਾ ਨਹੀਂ ਮੋਦੀ ਮਾਜਾ ਰੋਣਾ ਨਹੀਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਨੋ ਫਾਰਮ ਨੋ ਫੂਡ ਨੋ ਫਾਰਮ ਨੋ ਫੂਡ ਇੱਕ ਰੁਪਈਆ ਚਾਂਦੀ ਦਾ ਦੇਖੋ ਮੋਦੀ ਮਾਂਜੀ ਦਾ ਇੱਕ ਰੁਪਈਆ ਚਾਂਦੀ ਦਾ ਦੇਖੋ ਮੋਦੀ ਮਾਂਜੀ ਦਾ ਇੱਕੀ ਦੁੱਕੀ ਪਾਂਦੀ ਜੇ ਹੋਵੇ ਕਿਸਾਨ ਦੀ ਇੱਕੀ ਦੁੱਕੀ ਚੱਕ ਦਿਆਂਗੇ ਫੋਨ ਤੇ ਗੋਟਾ ਰੱਖ ਦਿਆਂਗੇ ਇੱਕੀ ਦੁੱਕੀ
ਤੁਸੀਂ ਕਿਹੜੀ ਕਲਾਸ ਤੋਂ 3rd ਤੁਹਾਡੀ ਕਲਾਸ ਚ ਵੀ ਡਿਸਕਸ਼ਨ ਚੱਲਦੀ ਹੈ ਗੱਲਬਾਤ ਹੁੰਦੀ ਹੈ ਹਾਂਜੀ ਕੀ ਗੱਲਬਾਤ ਹੁੰਦੀ ਹੈ ਮੈਂ ਆਪਣੇ ਫਰੈਂਡਸ ਨਾਲ ਇਹ ਗੱਲਾਂ ਕਰਦੀ ਹੁੰਨੀ ਆ ਵੀ ਤੁਸੀਂ ਵੀ ਆਇਆ ਕਰੋ ਇੱਥੇ ਸਾਰੇ ਨਾਲ ਪ੍ਰੋਟੈਸਟ ਆਇਆ ਕਰੋ ਮੇਰੀ ਇੱਕ ਫਰੈਂਡ ਹੈ ਮੈਂ ਉਹਨੂੰ ਵੀ ਕਹਿੰਦੀ ਹੁੰਨੀ ਆ ਵੀ ਤੂੰ ਵੀ ਆਇਆ ਕਰ ਫਿਰ ਅਸੀਂ ਉੱਥੇ ਆਏ ਗੱਲਾਂ ਕਰਦੇ ਆ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਚੇ ਆਏ ਨੇ ਛੋਟੇ ਨਾਲ ਬੱਚੇ ਘਰੇ ਵੀ ਗੱਲਾਂ ਬਾਤਾਂ ਕਰਦੇ ਹੋਣਗੇ ਸੱਭਿਆਚਾਰ ਨਾਲ ਵੀ ਬੱਚੇ ਜੁੜ ਰਹੇ ਨੇ ਤੁਹਾਨੂੰ ਬੜਾ ਪਰਿਵਰਤਨ ਲੱਗ ਰਿਹਾ ਉਹ 1 ਸਾਲ ਦਾ ਵੀ ਬਹੁਤ ਕੁਝ ਬਦਲ ਗਿਆ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਦੇਖਣ ਚ ਬਹੁਤ ਲੱਗ ਰਿਹਾ ਹੈ ਕਿਉਂਕਿ ਬੱਚੇ ਇੰਨੇ ਅਵੇਅਰ ਹੋ ਚੁੱਕੇ ਹੈਗੇ ਜਦੋਂ ਇਹਨਾਂ ਨੂੰ ਕੋਈ ਵੀ ਕਾਲ ਆਉਂਦੀ ਹੈ ਤੇ ਪਹਿਲਾਂ ਹੀ ਸੋਚ ਲੈਂਦੇ ਵੀ ਅਸੀਂ ਇਸ ਪ੍ਰੋਟੈਸਟ ਦੇ ਵਿੱਚ ਜ਼ਰੂਰ ਜਾਣਾ ਸਹਿਬਜ਼ਾਦਾ ਅਜੀਤ ਸਿੰਘ ਚੌਂਕ ਦੇ ਵਿੱਚ ਹਰ ਸੈਟਰਡੇ ਜਾਂਦੇ ਆ ਟਿੱਕਰੀ ਬਾਰਡਰ ਤੇ ਦੋ ਵਾਰੇ ਹਾਜ਼ਰੀ ਲਵਾ ਕੇ ਆਏ ਇਹਨਾਂ ਨੇ ਬਹੁਤ ਸੋਹਣੀ ਪੋਇਮ ਵੀ ਬੋਲੀ ਸੀ ਟਿੱਕਰੀ ਬਾਰਡਰ ਤੇ ਜੋ ਇਹ ਸਾਨੂੰ ਹੁਣ ਵੀ ਸੁਣਾ ਸਕਦੇ ਹੈਗੇ ਜੀ 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 ਹਾਂਜੀ ਜੋ ਕਿ ਕਿਸਾਨੀ ਅੰਦੋਲਨ ਵਾਲੀ ਰਿਲੇਟਡ ਜੀ ਬੇਟਾ ਸੁਣਾਓਗੇ ਪੋਇਮ ਕਿਹੜੀ ਸੀ ਦੱਸੋ ਪਹਿਲਾਂ ਸਾਡੀ ਰੋਲਤੀ ਜਵਾਨੀ ਜ਼ਾਲਮੋ ਹੁਣ ਚਾਨੇ ਰੋਲੀ ਸਾਡੀ ਕਿਸਾਨੀ ਜ਼ਾਲਮੋ ਪਿੱਛੇ ਦੱਸੋ ਸਾਡੇ ਪੱਲੇ ਕੀ ਰਹਿ ਗਿਆ ਪਿੱਛੇ ਦੱਸੋ ਸਾਡੇ ਪੱਲੇ ਕੀ ਰਹਿ ਗਿਆ ਅੱਕੇ ਆ ਕਿਸਾਨ ਸੜਕਾਂ ਤੇ ਬਹਿ ਗਿਆ ਅੱਕੇ ਆ ਕਿਸਾਨ ਸੜਕਾਂ ਤੇ ਬਹਿ ਗਿਆ ਅੱਕੇ ਆ ਕਿਸਾਨ ਧਰਨੇ ਤੇ ਬਹਿ ਗਿਆ ਹੁਣ ਸਾਰੇ ਜਾਣੇ ਸਾਥ ਦੇ ਦਿਓ ਇਹ ਜ਼ਾਲਮ ਹਕੂਮਤਾਂ ਨੂੰ ਮਾਤ ਦੇ ਦਿਓ ਹੁਣ ਸਾਰੇ ਜਾਣੇ ਸਾਥ ਦੇ ਦਿਓ ਇਹ ਜ਼ਾਲਮ ਹਕੂਮਤਾਂ ਨੂੰ ਮਾਤ ਦੇ ਦਿਓ ਇੱਕ ਜੋ ਤਰੱਕੀ ਸਾਡਾ ਬਾਬਾ ਕਹਿ ਗਿਆ ਇੱਕ ਜੋ ਤਰੱਕੀ ਸਾਡਾ ਬਾਬਾ ਕਹਿ ਗਿਆ ਅੱਗੇ ਆ ਕਿਸਾਨ ਸੜਕਾਂ ਤੇ ਬਹਿ ਗਿਆ ਅੱਗੇ ਆ ਕਿਸਾਨ ਸੜਕਾਂ ਤੇ ਬਹਿ ਗਿਆ ਅੱਗੇ ਆ ਕਿਸਾਨ ਧਰਨੇ ਤੇ ਬਹਿ ਗਿਆ ਧੁੱਪਾਂ ਵਿੱਚ ਸੜ ਕੇ ਕਮਾਈਆਂ ਕੀਤੀਆਂ ਧੁੱਪਾਂ ਵਿੱਚ ਸੜ ਕੇ ਕਮਾਈਆਂ ਕੀਤੀਆਂ ਸਾਨੂੰ ਪਤਾ ਸਾਡੇ ਉੱਤੇ ਕੀ ਬੀਤੀਆਂ ਧੁੱਪਾਂ ਵਿੱਚ ਸੜ ਕੇ ਕਮਾਈਆਂ ਕੀਤੀਆਂ ਸਾਨੂੰ ਪਤਾ ਸਾਡੇ ਉੱਤੇ ਕੀ ਬੀਤੀਆਂ ਐਵੇਂ ਤਾਂ ਨਹੀਂ ਤੁਹਾਡੇ ਢੋਲਾਂ ਵਿੱਚ ਆਟਾ ਪੈ ਗਿਆ ਐਵੇਂ ਤਾਂ ਨਹੀਂ ਤੁਹਾਡੇ ਢੋਲਾਂ ਵਿੱਚ ਆਟਾ ਪੈ ਗਿਆ ਅੱਗੇ ਆ ਕਿਸਾਨ ਸੜਕਾਂ ਤੇ ਬਹਿ ਗਿਆ ਅੱਗੇ ਆ ਕਿਸਾਨ ਸੜਕਾਂ ਤੇ ਬਹਿ ਗਿਆ ਅੱਗੇ ਆ ਕਿਸਾਨ ਧਰਨੇ ਤੇ ਬਹਿ ਗਿਆ ਬਹੁਤ ਵਧੀਆ ਸਾਡੇ ਨਾਲ ਨੌਜਵਾਨ ਵੀ ਨੇ ਨੌਜਵਾਨਾਂ ਤੋਂ ਵੀ ਪੁੱਛਦੇ ਆ ਅੰਦੋਲਨ ਦਾ ਜਿਹੜਾ ਇਹ ਰੰਗ ਚੱਲ ਰਿਹਾ ਕਿਉਂਕਿ ਨੌਜਵਾਨੀ ਤੇ ਹਮੇਸ਼ਾ ਉਂਗਲ ਉੱਠਦੀ ਆਈ ਆ ਨੌਜਵਾਨਾਂ ਨੂੰ ਬੜਾ ਕੁਝ ਕਿਹਾ ਜਾ ਰਿਹਾ ਹੈਗਾ ਪਰ ਨੌਜਵਾਨਾਂ ਨੂੰ ਵੀ ਪੁੱਛਦੇ ਆ ਵੀ ਇਹ ਕਿਵੇਂ ਦੇਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੜ੍ਹਦੇ ਹੋ ਹਾਂਜੀ ਮੈਂ ਬੀਕੌਮ ਆਨਰਸ ਸੈਕੰਡ ਈਅਰ ਦੀ ਸਟੂਡੈਂਟ ਆ ਜੀ ਜਿਵੇਂ ਤੁਸੀਂ ਇਹ ਚੀਜ਼ਾਂ ਲੈ ਕੇ ਖੜਦੇ ਹੋ ਹਣਾ ਕਿਸਾਨੀ ਅੰਦੋਲਨ ਨੇ ਪੰਜਾਬ ਦੇ ਵਿੱਚ ਬੜਾ ਕੁਝ ਬਦਲਤਾ ਹਾਲਾਂਕਿ ਜੇ ਨਾਲ ਵਾਲੇ ਸੂਬਿਆਂ ਦੀ ਗੱਲ ਕਰਦੇ ਹਾਂ ਉੱਥੇ ਵੀ ਬੜਾ ਬਦਲਾਅ ਆ ਗਿਆ ਤੁਸੀਂ ਕਿਵੇਂ ਦੇਖ ਰਹੇ ਹੋ ਸਰਕਾਰ ਵਾਲਾ ਪੱਖ ਦੇਖੋ ਸਰਕਾਰਾਂ ਨੇ ਤਾਂ ਡੈਮੋਕ੍ਰੇਸੀ ਖਤਮ ਕੀਤੀ ਹੋਈ ਹੈ ਇੰਡੀਆ ਦੇ ਵਿੱਚ ਜੋ ਡੈਮੋਕ੍ਰੇਸੀ ਸੀਗੀ ਲੋਕਤੰਤਰ ਹੈਗਾ ਉਹਨੂੰ ਇਹ ਫੋਲੋ ਹੀ ਨਹੀਂ ਕਰ ਰਹੇ ਕਿਸਾਨ ਇੰਨੇ ਟਾਈਮ ਦੇ ਸੜਕਾਂ 'ਤੇ ਬੈਠੇ ਆ 10 ਮਹੀਨੇ ਹੋ ਗਏ ਅੱਜ ਉਹਨਾਂ ਨੂੰ ਸੜਕਾਂ 'ਤੇ ਬੈਠਿਆਂ ਨੂੰ ਅਤੇ ਸਰਕਾਰ ਉਹਨਾਂ ਦੀ ਆਵਾਜ਼ ਹੀ ਨਹੀਂ ਸੁਣ ਰਹੀ ਤੁਹਾਨੂੰ ਲੱਗਦਾ ਗਾ ਵੀ ਕਾਰਨ ਕੀ ਹੈ ਵੀ ਕਿਉਂ ਨਹੀਂ ਸੁਣ ਰਹੇ ਜੇ ਅਨਇੰਪਲੋਇਮੈਂਟ ਦੀ ਗੱਲ ਕਰਦੇ ਹਾਂ ਜੇ ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਹਾਂ ਬੜੇ ਸਾਰੇ ਇਸ਼ੂਜ਼ ਨੇ ਪੰਜਾਬ ਦੇ ਸਰਕਾਰ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸਟੇਟ ਗਵਰਨਮੈਂਟ ਤੁਹਾਨੂੰ ਕੀ ਲੱਗਦਾ ਸੋਚਦੇ ਤਾਂ ਹੋਊਗੀ ਇੰਨਾ ਪੜ੍ਹ ਲਿਖ ਰਹੇ ਹੋ ਵੀ ਅੱਗੇ ਕੀ ਆ ਕਿ ਬਾਹਰ ਵਾਲਾ ਰਸਤਾ ਹੀ ਆ ਦੇਖੋ ਆਪਾਂ ਨੂੰ ਇੱਥੇ ਪੰਜਾਬ ਜਾਂ ਇੰਡੀਆ ਦੇ ਵਿੱਚ ਆਪਾਂ ਨੂੰ ਲੀਡਰ ਵਧੀਆ ਚਾਹੀਦੇ ਆ ਜੋ ਕਿ ਯੂਨੋ ਲੀਡ ਕਰ ਸਕਣ ਲੋਕਾਂ ਨੂੰ ਹੁਣ ਇਹ ਲੀਡਰ ਕੁਝ ਕਰ ਤਾਂ ਰਹੇ ਨਹੀਂ ਜੀ ਇੱਕ ਇੱਧਰ ਬੜੀਆਂ ਵਧੀਆ ਲਾਈਨਾਂ ਲਿਖੀਆਂ ਵੀ ਆ ਇੱਕੇ ਬਿਨਾ ਇਨਕਲਾਬ ਨਹੀਂ ਆਉਣਾ ਤੁਹਾਨੂੰ ਕੀ ਲੱਗਦਾ ਗਾ ਵੀ ਏਕਾ ਜਿਹੜਾ ਹੁਣ ਲੋਕਾਂ ਦੇ ਵਿੱਚ ਹੋ ਰਿਹਾ ਹੈਗਾ ਜਿਹੜੇ ਲੀਡਰ ਨੇ ਪਿੰਡਾਂ ਦੇ ਵਿੱਚ ਆ ਰਹੇ ਨੇ ਸ਼ਹਿਰਾਂ ਦੇ ਵਿੱਚ ਆ ਰਹੇ ਨੇ 2022 ਦੀਆਂ ਚੋਣਾਂ ਨੇੜੇ ਆ ਬਦਲਾਵ ਹੋਊਗਾ ਕੁਛ ਨਾ ਕੁਛ ਜਿਹੜੇ ਲੀਡਰ ਆ ਇਹਨਾਂ ਦੇ ਖਾਨੇ ਗੱਲ ਪਊਗੀ ਸਰ ਜਦੋਂ ਇੰਨੇ ਸਾਲਾਂ ਵਿੱਚ ਨੇ ਇਹਨਾਂ ਦੇ ਖਾਨੇ ਗੱਲ ਪਈ ਤਾਂ ਮੈਨੂੰ ਹਜੇ ਵੀ ਉਮੀਦ ਨਹੀਂ ਇੱਕ ਨੌਜਵਾਨ ਹੋਣ ਦੇ ਨਾਤੇ ਮੈਂ ਇੰਨੇ ਟਾਈਮ ਤੋਂ ਇਹਨਾਂ ਨੂੰ ਦੇਖਦੀ ਆ ਰਹੀ ਹਾਂ ਸ਼ਾਇਦ ਅਸੀਂ ਅੱਜ ਦੇ ਟਾਈਮ 'ਚ ਬਹੁਤ ਹੀ ਐਕਟਿਵਲੀ ਪੋਲੀਟਿਕਸ ਨੂੰ ਫੋਲੋ ਕਰ ਰਹੇ ਹੈਗੇ ਸੋ ਜੇ ਆਪਾਂ ਉਹਨਾਂ ਦੇ ਬੇਸਿਕਸ ਦੇਖੀਏ ਤਾਂ ਲੱਗਦਾ ਨਹੀਂਗਾ ਬਿਕਾਜ਼ ਅੱਜ ਦੇ ਟਾਈਮ 'ਚ ਉਹਨਾਂ ਦੀ ਜੇ ਦੇਖਿਆ ਜਾਵੇ ਪਿੰਡ 'ਚ ਜਾ ਕੇ ਇੱਕ ਸਟੇਟਮੈਂਟ ਹੁੰਦੀ ਹੈ ਪਰ ਉਹਨਾਂ ਨੂੰ ਆਪਦੀ ਸਟੇਟਮੈਂਟ ਚੇਂਜ ਕਰਦੇ ਅਕੋਰਡਿੰਗ ਟੂ ਦ ਇਨਵਾਇਰਮੈਂਟ ਐਂਡ ਪਲੇਸ ਉਹਨਾਂ ਨੂੰ ਵਕਤ ਨਹੀਂ ਲੱਗਦਾ ਗਾ ਅਲੱਗ ਹੀ ਜਗ੍ਹਾ 'ਤੇ ਜਾ ਕੇ ਉਹਨਾਂ ਦੀ ਇੱਕ ਅਲੱਗ ਸਟੇਟਮੈਂਟ ਹੋ ਜਾਂਦੀ ਹੈਗੀ ਸੋ ਜੇ ਉਹ ਵਾਕਈ ਸਾਡੀ ਇਹ ਸੋਚ ਬਦਲਣਾ ਚਾਹੁੰਦੇ ਹੈਗੇ ਤਾਂ ਇਲੈਕਸ਼ਨ ਦੇ ਸਾਹਮਣੇ ਤਾਂ ਬਦਲਾਵ ਲਿਆ ਕੇ ਦਿਖਾਉਣ ਉਸ ਤੋਂ ਪਹਿਲਾਂ ਹਜੇ ਤਾਂ ਟਾਈਮ ਹੈਗਾ ਉਹਨਾਂ ਕੋਲ ਪਹਿਲਾਂ ਇੰਨਾ ਇਲੈਕਸ਼ਨ ਅੱਜ ਤੱਕ ਨਹੀਂ ਜਦੋਂ ਹੋਇਆ ਤਾਂ ਅੱਗੇ ਅਸੀਂ ਉਹਨਾਂ ਤੋਂ ਉਮੀਦ ਵੀ ਕਿਵੇਂ ਕਰੀਏ ਮੁੱਖ ਮੰਤਰੀ ਨਵੇਂ ਬਣੇ ਨੇ ਪੰਜਾਬ ਦੇ ਕੋਈ ਹੈ ਉਮੀਦ ਮਾੜੀ ਮੋਟੀ
ਵੇਖੋ ਜੀ ਹਜੇ ਕੀ ਕਰਦੇ ਹਾਂਗੇ ਆਪਾਂ, ਜਿੰਨਾ ਚਿਰ ਬੰਦਾ ਕੋਈ ਕੰਮ ਕਰਦਾ ਨਹੀਂ ਗਾ ਹਜੇ ਥੋੜੇ ਦਿਨ ਹੋਏ ਹੈਗੇ, ਲੈਟਸ ਸੀ ਆਪਾਂ ਦੇਖਦੇ ਹਾਂਗੇ ਥੋੜੇ ਦਿਨ ਹੋਰ ਜਾ ਕੇ ਵੀ ਕੀ ਬਣਦਾ ਹੈਗਾ ਕੀ ਨਹੀਂ ਬਣਦਾ ਹੈਗਾ। ਪਰ ਜਿਹੜੇ ਆਹ ਅੰਦੋਲਨ ਚੱਲ ਰਿਹਾ ਜਿਹੜਾ ਏਕਾ ਹੋਇਆ ਹੈਗਾ ਲੋਕਾਂ ਦੇ ਵਿੱਚ, ਇਹਦੇ ਨਾਲ ਫਰਕ ਤਾਂ ਬਹੁਤ ਪੈ ਰਿਹਾ ਹੈਗਾ। ਬਿਲਕੁਲ ਫਰਕ ਬਹੁਤ ਪੈ ਰਿਹਾ ਇਹਨਾਂ ਦੇ ਥਰੂ। ਤੁਸੀਂ ਦੇਖੋ ਕਿ ਜਿਵੇਂ ਤੁਹਾਡੇ ਸਾਹਮਣੇ ਛੋਟੇ ਬੱਚੇ ਆ ਰੱਖੇ ਨੇ ਇੱਥੇ, ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਦੱਸ ਰਹੇ ਨੇ ਸਾਡੇ, ਅਸੀਂ ਚਲੋ ਨੌਜਵਾਨ ਹੈ ਸਾਨੂੰ ਤਾਂ ਫਿਰ ਵੀ ਥੋੜ੍ਹਾ ਬਹੁਤ ਸਾਡੇ ਪੇਰੈਂਟਸ ਨੇ ਦੱਸਿਆ ਸੀਗਾ ਕਿ ਅਸੀਂ, ਕਿਉਂਕਿ ਸਾਡੇ ਟਾਈਮਾਂ 'ਤੇ ਮੇ ਬੀ ਸਾਡੇ ਪੇਰੈਂਟਸ ਉਦੋਂ ਸ਼ਿਫਟ ਹੋਏ ਸੀ ਸ਼ਹਿਰਾਂ ਵੱਲ, ਸਾਨੂੰ ਕਿਸਾਨੀ ਬਾਰੇ ਥੋੜ੍ਹੀ ਬਹੁਤ ਨੌਲੇਜ ਹੈਗੀ ਹੈਗੀ, ਬਟ ਇਹਨਾਂ ਨੂੰ ਨੌਲੇਜ ਦੇਣ ਵਾਸਤੇ ਇਹਨਾਂ ਦੇ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੋਣਾ ਚਾਹੀਦਾ ਹੈਗਾ। ਜਿਵੇਂ ਤੁਸੀਂ ਇਹਨਾਂ ਤੋਂ ਇੱਕ ਸਵਾਲ ਪੁੱਛਿਆ ਸੀਗਾ ਮੈਂ, ਕਿਉਂਕਿ ਉਦੋਂ ਗੌਰ ਫਰਮਾ ਰਹੀ ਸੀਗੀ, ਤੁਸੀਂ ਇਹਨਾਂ ਨੂੰ ਪੁੱਛਿਆ ਕਿ ਸਕੂਲ ਵਿੱਚ ਇਸ ਚੀਜ਼ ਬਾਰੇ ਡਿਸਕਸ਼ਨਸ ਹੁੰਦੀਆਂ, ਗੱਲ ਹੁੰਦੀ ਹੈ ਕਿ ਨਹੀਂ। ਸਰ ਤੁਹਾਡੇ ਨਾ ਮੈਂ ਚੈਨਲ ਦੇ ਥਰੂ ਇੱਕ ਗੱਲ ਕਹਿਣਾ ਚਾਹੂੰਗੀ ਕਿ ਕੁਛ ਦਿਨ ਪਹਿਲਾਂ ਮੇਰੀ ਸਕੂਲ ਦੇ ਕੁਛ ਬੱਚਿਆਂ ਨਾਲ ਨਾ ਡਿਸਕਸ਼ਨ ਚੱਲ ਰਹੀ ਸੀ, ਉਹਨਾਂ ਨੇ ਇੱਕ ਗੱਲ ਕਹੀ ਕਿ ਅਸੀਂ ਕਲਾਸ ਦੇ ਵਿੱਚ ਜਦੋਂ ਇਸ ਚੀਜ਼ ਬਾਰੇ ਡਿਸਕਸ ਕਰ ਰਹੇ ਹੁੰਦੇ ਹੈਗੇ ਤਾਂ ਸਾਡੇ ਟੀਚਰ ਸਾਨੂੰ ਟੋਕ ਦਿੰਦੇ ਨੇ। ਮੈਂ ਕਿਸੇ ਪਰਟੀਕੁਲਰ ਸਕੂਲ ਨੂੰ ਪੁਆਇੰਟ ਆਊਟ ਨਹੀਂ ਕਰੂੰਗੀ, ਇਟਸ ਜਸਟ ਕਿ ਉਹ ਟੋਕ ਦਿੰਦੇ ਨੇ। ਮੇਰਾ ਸਿਰਫ ਇਹ ਕਹਿਣਾ ਹੈ ਕਿ ਟੀਚਰਸ ਨੂੰ ਰਾਦਰ ਦੈਨ ਉਹਨਾਂ ਨੂੰ ਟੋਕਣ ਦੇ ਲਈ ਇਸ ਚੀਜ਼ ਨੂੰ ਹੌਸਲਾ ਦੇਣਾ ਚਾਹੀਦਾ ਕਿ ਬੱਚਿਆਂ ਨੂੰ ਪਤਾ ਹੋਵੇ, ਕਿਉਂਕਿ ਸਰਕਾਰ ਤਾਂ ਇਹ ਚੀਜ਼ ਪਹਿਲਾਂ ਹੀ ਖੇਡ ਖੇਡ ਰਹੀ ਹੈ ਕਿ ਆਪਾਂ ਬੱਚਿਆਂ ਨੂੰ ਇਸ ਚੀਜ਼ ਬਾਰੇ ਅੱਜ ਤੋਂ ਬਾਅਦ ਪਤਾ ਨਾ ਚੱਲੇ, ਕਿਸਾਨੀ ਨੂੰ ਖਤਮ ਕਰਨ ਦੀਆਂ ਗੱਲਾਂ ਹੈਗੀਆਂ ਪੂਰੀਆਂ। ਜੇ ਅੱਜ ਇਹਨਾਂ ਬੱਚਿਆਂ ਨੂੰ ਆਪਾਂ ਦੱਸਾਂਗੇ ਨਹੀਂ, ਇਹਨਾਂ ਨੂੰ ਕੁਛ ਪਤਾ ਨਹੀਂ ਚੱਲੂਗਾ, ਤਾਂ ਕੱਲ੍ਹ ਨੂੰ ਤਾਂ ਕਿਸੇ ਨੂੰ ਕੁਛ ਪਤਾ ਹੀ ਨਹੀਂ ਰਹਿਣਾ ਹੈਗਾ ਜੀ। ਸੋ ਇਹ ਅਸੀਂ ਮੌਜੂਦ ਹਾਂ ਬਠਿੰਡਾ ਕਨਈਆ ਚੌਂਕ, ਜਿੱਥੇ ਅਸੀਂ ਪੁੰਗਰਦੇ ਹੋਏ ਬੀਆਂ ਨੂੰ ਪੁੱਛਿਆ, ਉਹਨਾਂ ਨੇ ਇੱਕ ਕਵਿਤਾ ਵੀ ਗਾਈ ਆ, ਅਤੇ ਉੱਧਰ ਜਿਹੜੇ ਪੰਜਾਬ ਦੀ ਜਿਹੜੀ ਨੌਜਵਾਨੀ ਆ, ਖਾਸ ਕਰਕੇ ਉਹ ਨੌਜਵਾਨੀ ਜਿਹੜੀ ਸ਼ਹਿਰਾਂ ਦੇ ਵਿੱਚ ਰਹਿੰਦੀ ਆ, ਜਾਗਰਿਤੀ ਬਹੁਤ ਆਈ ਆ। ਪਰ ਜੇ ਅਸੀਂ ਗੱਲ ਕਰਦੇ ਹਾਂ ਚੋਣਾਂ ਦੀ ਜਾਂ ਲੀਡਰਾਂ ਦੇ ਪੱਖ ਦੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਹੋਣਾ ਵੀ ਲੀਡਰਾਂ ਨੂੰ ਹੁਣ ਕੋਈ ਸਵਾਲ ਨਹੀਂ ਕਰੂਗਾ, ਜਾਂ ਲੀਡਰਾਂ ਨੂੰ ਉਹਨਾਂ ਦਾ ਕੀਤਾ ਹੋਇਆ ਵਾਅਦਾ ਗਾ ਜਿਹੜਾ ਉਹ ਯਾਦ ਨਹੀਂ ਦਿਵਾਇਆ ਜਾਊਗਾ। ਲਗਾਤਾਰ ਅੱਜ ਜਿਹੜਾ ਭਾਰਤ ਬੰਦ ਚੱਲ ਰਿਹਾ ਹੈਗਾ, ਪਲ ਪਲ ਦੀ ਕਵਰੇਜ, ਪਲ ਪਲ ਦੀ ਰਿਪੋਰਟਿੰਗ ਤੁਹਾਨੂੰ ਦਿੰਦੇ ਰਹਾਂਗੇ ਆਰ ਐੱਮ ਬੀ ਟੈਲੀਵਿਜ਼ਨ 'ਤੇ। ਤੁਸੀਂ ਦੇਖਦੇ ਰਹੋ, ਸਮਾਂ ਦਿੱਤਾ ਜੀ, ਧੰਨਵਾਦ।